ਤਾਂ ਦੋਸਤੋ ਪਹਿਲਾ ਸਵਾਲ ਹੈ ਉਹ ਕਿਹੜੀ ਚੀਜ਼ ਹੈ ਜਿਸ ਨੂੰ ਤੁਸੀਂ ਖਾ ਸਕਦੇ ਹੋ ਪਰ ਦੇਖ ਨਹੀਂ ਸਕਦੇ। ਤਾਂ ਇਸ ਦਾ ਸਹੀ ਜਵਾਬ ਹੈ ਕਸਮ, ਸੌਂ। ਦੂਸਰਾ ਸਵਾਲ, ਉਸ ਚੀਜ਼ ਦਾ ਨਾਮ ਦੱਸੋ ਦੋਸਤੋ ਜੋ ਕਦੇ ਬਿਮਾਰ ਨਹੀਂ ਹੁੰਦੀ ਪਰ ਫਿਰ ਵੀ ਉਸਨੂੰ ਗੋਲੀ ਦਿੱਤੀ ਜਾਂਦੀ ਹੈ। ਤਾਂ ਇਸ ਦਾ ਸਹੀ ਜਵਾਬ ਹੈ ਬੰਦੂਕ। ਅਗਲਾ ਸਵਾਲ, ਉਹ ਕਿਹੜੀ ਚੀਜ਼ ਹੈ ਜਿਸ ਨੂੰ ਕੱਟਣ 'ਤੇ ਲੋਕ ਗਾਣਾ ਗਾਉਂਦੇ ਹਨ? ਦੁਬਾਰਾ ਸੁਣੋ, ਕਿਹੜੀ ਚੀਜ਼ ਹੈ ਜਿਸ ਨੂੰ ਕੱਟਣ 'ਤੇ ਲੋਕ ਗਾਣਾ ਗਾਉਂਦੇ ਹਨ? ਤਾਂ ਇਸ ਦਾ ਸਹੀ ਜਵਾਬ ਹੈ ਜੀ ਕੇਕ। ਇਹ ਦੱਸੋ ਜੀ ਉਹ ਕਿਹੜੀ ਸਬਜ਼ੀ ਹੈ ਜਿਸ ਵਿੱਚ ਇੱਕ ਸ਼ਹਿਰ ਦਾ ਨਾਂ ਵੀ ਆਉਂਦਾ ਹੈ? ਤਾਂ ਜੀ ਉਹ ਹੈ ਸ਼ਿਮਲਾ ਮਿਰਚ। ਅਗਲਾ ਸਵਾਲ, ਉਹ ਕਿਹੜੀ ਚੀਜ਼ ਹੈ ਜਿਸ ਨੂੰ ਔਰਤ ਸਾਲ ਵਿੱਚ ਸਿਰਫ ਇੱਕ ਵਾਰ ਹੀ ਖਰੀਦੀ ਹੈ? ਦੁਬਾਰਾ ਸੁਣੋ, ਕਿਹੜੀ ਚੀਜ਼ ਹੈ ਜਿਸ ਨੂੰ ਔਰਤ ਸਾਲ ਵਿੱਚ ਇੱਕ ਵਾਰ ਹੀ ਖਰੀਦਦੀ ਹੈ? ਤਾਂ ਇਸ ਦਾ ਸਹੀ ਜਵਾਬ ਹੈ ਜੀ ਰੱਖੜੀ। ਤਾਂ ਅਗਲਾ ਸਵਾਲ ਹੈ ਜੀ, ਉਹ ਕਿਹੜਾ ਸਾਲ ਹੈ ਜਿਸ ਨੂੰ ਭਾਵੇਂ ਉਲਟਾ ਲਿਖੋ ਭਾਵੇਂ ਸਿੱਧਾ ਕੋਈ ਫਰਕ ਨਹੀਂ ਪੈਂਦਾ? ਤਾਂ ਇਸ ਦਾ ਸਹੀ ਜਵਾਬ ਹੈ ਜੀ 1961। ਅਗਲਾ ਸਵਾਲ, ਉਹ ਕਿਹੜੀ ਆਵਾਜ਼ ਹੈ ਜਿਸ ਨੂੰ ਸਾਰੇ ਸੁਣ ਸਕਦੇ ਹਨ ਪਰ ਤੁਸੀਂ ਨਹੀਂ ਸੁਣ ਸਕਦੇ? ਤਾਂ ਇਸ ਦਾ ਸਹੀ ਜਵਾਬ ਹੈ ਜੀ। ਉਹ ਕਿਹੜੀ ਚੀਜ਼ ਹੈ ਜੋ ਬੱਚੇ ਖਾਂਦੇ ਹਨ ਪਰ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ? ਤਾਂ ਇਸਦਾ ਜਵਾਬ ਹੈ ਜੀ ਝਿੜਕਾਂ। ਤਾਂ ਦੋਸਤੋ ਪੇਸ਼ ਅਗਲਾ ਸਵਾਲ, ਮੰਨ ਲਵੋ ਕਿ ਤੁਸੀਂ ਗੱਡੀ ਚਲਾ ਰਹੇ ਹੋ ਅਤੇ ਅਚਾਨਕ ਤੁਹਾਡੇ ਸਾਹਮਣੇ ਇੱਕ 70 ਸਾਲ ਦਾ ਬੁੱਢਾ ਅਤੇ ਇੱਕ 5 ਸਾਲ ਦਾ ਬੱਚਾ ਆ ਜਾਵੇ, ਤਾਂ ਤੁਸੀਂ ਸਭ ਤੋਂ ਪਹਿਲਾਂ ਕਿਸ ਨੂੰ ਮਾਰੋਗੇ? ਤਾਂ ਇਸਦਾ ਸਹੀ ਜਵਾਬ ਹੈ ਜੀ, ਤੁਸੀਂ ਸਭ ਤੋਂ ਪਹਿਲਾਂ ਗੱਡੀ ਦਾ ਬ੍ਰੇਕ ਹੀ ਮਾਰੋਗੇ।